ਜੋਗੀਆ ਤੁਸੀਂ ਸਾਡੇ ਜੋਗੀ ਅਸੀਂ ਵਜ਼ੀਰ ਸਾਈ ਤੁਸੀਂ ਸਾਡੇ ਜੋਗੀ ਅਸੀਂ ਵਜ਼ੀਰ ਸਾਈ ਬਾਦ ਮੁਰਸ਼ਦਾਂ ਦੇ ਰਾਹ ਹੱਥ ਨਹੀਂ ਪੈਂਦੇ ਨਾ ਦੁੱਧਾਂ ਵਾਜੋਂ ਖਿੱਚ ਦੀ ਖੀਰ ਸਾਈ ਆ ਗਏ ਤੇਰੇ ਦਵਾਰੇ ਤੇ ਸਾਰੇ ਤੁਸੀਂ ਸਾਡੇ ਅਸੀਂ ਤੇਰੇ ਚੇਲੜੇ ਤੇ ਤੁਸੀਂ ਪੀਰ ਸਾਈ ਜੋਗ ਲੈਣ ਲਈ ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਬਾਬਿਓ ਜਿਹੜੀ ਸਿੱਧ ਨਾਥਾਂ ਦੀ ਜਗ੍ਹਾ ਹੈ ਇਹਨਾਂ ਜੋਗੀਆਂ ਦੀ ਜਗ੍ਹਾ ਹੈ ਇੱਥੇ ਤੁਸੀਂ ਅਹੁਦੇਦਾਰੀਆਂ ਤਾਂ ਲੈ ਸਕਦੇ ਹੋ ਪਰ ਜੋਗ ਨਹੀਂ ਲੈ ਸਕਦੇ ਜੋਗ ਉਹੀ ਲੈ ਸਕਦਾ ਜਿਹਨੇ ਅੰਦਰੋਂ ਆਪਣਾ ਆਪ ਮਾਰ ਦਿੱਤਾ ਜਿਹੜੇ ਅੰਦਰੋਂ ਆਪਣਾ ਆਪ ਨੂੰ ਫੂਕ ਦਿੱਤਾ ਉਹ ਜੋਗ ਲੈਂਦੇ ਆ ਅੱਧਿਆਂ ਨੂੰ ਤਾਂ ਜੋਗ ਦਾ ਮਤਲਬ ਹੀ ਨਹੀਂ ਪਤਾ ਹੋਣਾ ਜੋਗ ਹੁੰਦਾ ਕੀ ਹੈ ਹੈਂ ਹੁੰਦਾ ਕੀ ਹੈ ਜੋਗ ਆਪਣਾ ਆਪ ਮਾਰ ਕੇ ਜੋਗ ਮਿਲਦਾ ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਤੇਰੇ ਟਿੱਲੇ ਉੱਤੇ ਤੇਰੇ ਟਿੱਲੇ ਉੱਤੇ ਅਲਖਾਂ ਜਗਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਅਲਖਾਂ ਜਗਾਉਂਦੇ ਜੋਗੀਆਂ ਦੇ ਪੁੱਤ ਲਾਡਲੇ ਮਹਾਨ ਰੂਪੀ ਹਸਤੀ ਜੋਗੀ ਗੋਰਖ ਨਾਥ ਜੀ ਨੂੰ ਜਿਹੜੇ ਪਿਆਰ ਕਰਦੇ ਇੱਕ ਵਾਰੀ ਹੱਥ ਖੜੇ ਕਰੋ ਕੌਣ ਕੌਣ ਹੋ ਤੁਸੀਂ ਤੇ ਪਤਾ ਕੌਣ ਹੈ ਨੌ ਨਾਥ ਅਧੀਨ ਹੈ ਜਿਹਦੇ ਹੈ ਸਾਡੇ ਤੁਸੀਂ ਰਮਾਇਣ ਸਾਰਿਆਂ ਨੇ ਦੇਖੀ ਹੋਣੀ ਹੈ ਸੁਣੀ ਹੋਊਗੀ ਪੜ੍ਹੀ ਹੋਊਗੀ ਕਈ ਦੇਵੀਆਂ ਦੀ ਕਈ ਗੁਰੂਆਂ ਦੀ ਕਈ ਅਵਤਾਰਾਂ ਦੀ ਰਾਖੀ ਕਰਦਾ ਸੀ ਪਵਨ ਪੁੱਤਰ ਸ਼੍ਰੀ ਹਨੂੰਮਾਨ ਇਹ ਉਹ ਜੋਗੀ ਹੈ ਜਿਹਨੇ ਹਨੂੰਮਾਨ ਨੂੰ ਵੀ ਬੰਦੀ ਬਣਾ ਲਿਆ ਸੀ ਉਹ ਨੇ ਔਰ ਮਹਾਕਾਲੀ ਇਤਿਹਾਸ ਪੜ੍ਹਦੇ ਇਤਿਹਾਸ ਕਹਿੰਦਾ
ਜਿਹਦੇ ਅੱਗੇ ਕਿਸੇ ਦੀ ਵਾਹ ਨਹੀਂ ਸੀ। ਸ਼ਿਵ ਸ਼ੰਕਰ ਵੀ ਇੱਕ ਵਾਰੀ ਆਪਣੇ ਆਪ ਨੂੰ ਸਮਰਪਿਤ ਕਰ ਗਿਆ ਸੀ, ਉਹਨੂੰ ਵੀ ਆਪਣੇ ਵਸ ਚ ਕਰ ਲਿਆ। ਇਹ ਉਹ ਹੈ ਗੁਰਗਨਾਥ। ਇੱਕ ਵਾਰੀ ਗੁਰਗਨਾਥ ਦੇ ਨਾਂ ਤੇ ਤਾੜੀ ਲਓ। ਮੈਂ ਜੋਗੀ ਦੀ ਜੋਗੀ ਮੇਰਾ ਦਰ ਤੇਰੇ ਤੇ ਲਾ ਬਠਿੰਡੇ ਅਲਖਾ ਜਗਾਉਂਦੇ ਜੋਗੀਆਂ ਦੇ ਪੁੱਤਰ ਲਾਡਲੇ। ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤਰ ਲਾਡਲੇ। ਜੋਗ ਲੈਣ ਲਈ ਜੁਗਤਾਂ ਬਣਾਉਂਦੇ ਜੋਗੀਆਂ ਦੇ ਪੁੱਤਰ ਲਾਡਲੇ।